ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ। ਹੁਣ ਸਮਾਂ ਜੀ ਤੁਹਾਡੇ ਫੋਨ ਕਾਲਸ ਲੈਣ ਦਾ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਤੁਸੀਂ ਕੀ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਮੈਂ ਵੀਰ ਜੀ ਇਹ ਕਹਿਣਾ ਚਾਹੂੰਗਾ, ਮੈਂ ਜਦੋਂ ਤੋਂ ਤੁਹਾਡਾ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਤੁਸੀਂ ਦੇਖ ਰਹੇ ਹੋ ਜੀ, ਮੈਂ ਦੇਖ ਰਿਹਾ ਸੀ ਜੋ ਜੋ ਤੁਸੀਂ ਅੱਜ ਕੁਐਸਚਨ ਕਰ ਰਹੇ ਹੋ, ਜੋ ਤੁਸੀਂ ਅੱਜ ਸ਼ੋਅ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਜੀ। ਤੇ ਜੋ ਤੁਹਾਨੂੰ ਅੱਜ ਪੰਜਾਬੀ ਦੇਖ ਰਹੇ ਨੇ ਬਾਹਰ ਕਿਤੇ ਬੈਠੇ ਵੀ, ਉਹ ਤੁਹਾਡੀ ਇਕੱਲੀ ਇਕੱਲੀ ਗੱਲ ਸਮਝ ਰਹੇ ਨੇ ਜੀ। ਬਾਕੀ ਦੂਸਰਾ, ਤੁਸੀਂ ਅੱਜ ਰੈਫਰੈਂਡਮ ਤੇ ਇੱਕ ਬੀਜੇਪੀ ਲੀਡਰ ਨੂੰ ਲਿਆ ਕੇ ਇੰਨਾ ਵਧੀਆ ਕੀਤਾ ਕਿ ਤਾਂ ਕਿ ਪੰਜਾਬੀਆਂ ਨੂੰ ਅਸਲੀਅਤ ਪਤਾ ਲੱਗ ਸਕੇ ਜੀ। ਯਾ ਬਾਕੀ ਚਲੋ, ਪੰਜਾਬੀ ਬੈਠੇ ਨੇ ਸਾਰੇ ਸਮਝਦੇ ਨੇ, ਧੰਨਵਾਦ ਜੀ। ਅਸੀਂ ਉਹਨਾਂ ਤੋਂ ਇਹੀ ਪੁੱਛਿਆ ਔਰ ਉਹਨਾਂ ਤੋਂ ਜੋ ਸਵਾਲ ਬਣਦੇ ਸੀਗੇ ਉਹ ਵੀ ਪੁੱਛੇ, ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਫੋਰ ਜਸਟਿਸ ਦੇ ਜਿਹੜੇ ਹਿਮਾਇਤੀ ਨੇ ਉਹ ਵੀ ਸਾਡੇ ਨਾਲ ਜੁੜਨ, ਗੱਲ ਰੱਖਣ ਆਪਣੀ, ਔਰ ਸਵਾਲ ਜਿਹੜੇ ਪੁੱਛੇ ਜਾ ਰਹੇ ਨੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਰੈਫਰੈਂਡਮ ਹੋਏਗਾ, ਗੈਰ ਸਰਕਾਰੀ, ਗਲਤਾਂ ਹੋ ਗਈ, ਐਲਾਨਨਾਮਾ ਹੋ ਗਿਆ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਸਾਡੇ ਨਾਲ ਆਉਣ। ਲੇਕਿਨ ਸਾਰੇ ਇਸ ਟਾਈਮ ਜਿਹੜੇ ਹਿਮਾਇਤੀ ਨੇ ਉਹ ਲੰਡਨ ਦੇ ਵਿੱਚ ਨੇ, ਔਰ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਤੁਹਾਨੂੰ ਫੋਨ 'ਤੇ ਲਵਾਂਗੇ, ਬਟ ਡਿਊ ਟੂ ਟਾਈਮਿੰਗਸ ਉਹ ਨਹੀਂ ਆ ਪਾ ਰਹੇ। ਅਤੇ ਮੈਂ ਚਾਹ ਰਿਹਾ ਕਿ ਇਸ ਮੁਤਲਕ ਤੁਸੀਂ ਸਾਡੇ ਜਿਹੜੇ ਵਿਚਾਰ ਹੈ ਆਪਣੇ ਇਸ ਮੁਤਲਕ ਸਾਡੇ ਨਾਲ ਸਾਂਝੇ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ, ਮੈਂ ਇੱਥੋਂ ਕੈਨੇਡਾ ਦੀ ਬੋਲ ਰਿਹਾ ਜੀ। ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ, ਪਲੀਜ਼ ਜਿਹਨੂੰ ਸਰਾਸਾ ਸਵਾਲ ਕਰਦੇ ਨੇ, ਅਗਰ ਉਹ ਪੰਜਾਬੀ ਜਾਣਦਾ ਤਾਂ ਉਹਦੇ ਨਾਲ ਪੰਜਾਬੀ 'ਚ ਗੱਲ ਕਰ, ਜੇ ਉਹ ਹਿੰਦੀ ਜਾਣਦਾ ਤਾਂ ਹਿੰਦੀ 'ਚ ਗੱਲ ਕਰ, ਅੰਗਰੇਜ਼ੀ 'ਚ ਗੱਲ ਕਰਦੇ ਹੋ ਤੁਸੀਂ ਦੋਵੇਂ, ਅਸੀਂ ਕਨਫਿਊਜ਼ ਹੋ ਜਾਂਦੇ, ਅਸੀਂ ਸੁਣਨਾ ਚਾਹੁੰਦੇ ਹਾਂ ਸਵਾਲ ਕੀਤਾ। ਤੇ ਉਹਨਾਂ ਨੇ ਗੱਲ ਇਹ ਰੱਖੀ ਆਪਣੀ ਹੈ ਕਿ ਮੈਂ ਜਦ ਉਹਨਾਂ ਨੇ ਰੈਫਰੈਂਡਮ ਦੇ ਬਾਰੇ ਗੱਲ ਕੀਤੀ 2020 ਬਾਰੇ, ਤਾਂ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਇਹ ਜਿਸ ਤਰੀਕੇ ਨਾਲ ਉਹਨਾਂ ਨੇ ਰੱਖਿਆ, ਕਿਉਂਕਿ ਐਂਡ ਆਫ ਦਾ ਡੇ ਉਹ ਹਿਮਾਇਤ ਨਹੀਂ ਕਰਨਗੇ ਰੈਫਰੈਂਡਮ ਦੀ। ਤੇ ਲੇਕਿਨ ਜਦ ਅਸੀਂ ਉਹਨਾਂ ਨੂੰ ਗੱਲ ਕੀਤੀ 1984 ਸਿੱਖ ਜੈਨੋਸਾਈਡ ਦੀ, ਤਾਂ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਅਧੀਨ ਹੈ ਮਾਮਲਾ ਹੈਗਾ। ਔਰ ਅਸੀਂ ਇਹ ਵੀ ਸਵਾਲ ਪੁੱਛਿਆ ਕਿ ਪ੍ਰਾਈਮ ਮਿਨਿਸਟਰ ਮੋਦੀ ਯਾਨੀ ਕਿ ਨਰਿੰਦਰ ਮੋਦੀ ਨੇ ਇਹ ਕਿਹਾ ਸੀਗਾ ਕਿ ਜਦ ਮੈਂ ਭਾਰਤ ਦੇ ਵਿੱਚ ਪ੍ਰਾਈਮ ਮਿਨਿਸਟਰ ਬਣਾਂਗਾ ਔਰ ਜਦ ਮੈਂ ਸਾਹਮਣੇ ਆਵਾਂਗਾ ਤਾਂ ਮੈਂ ਜ਼ਰੂਰ ਸਭ ਤੋਂ ਪਹਿਲਾਂ ਆਪਣੇ ਸਿੱਖ ਭਾਈਚਾਰੇ ਨੂੰ ਇਹ ਮਹਿਸੂਸ ਕਰਵਾਉਂਦਾ ਔਰ ਆਪਣੇ ਭਾਈਚਾਰੇ ਨੂੰ ਇਹ ਵੀ ਕਹਿੰਦਾ ਕਿ ਜਿਹੜਾ ਇਨਸਾਫ਼ ਹੈ ਉਹ ਮਿਲੇਗਾ। ਐੱਸ ਆਈ ਟੀ ਦਾ ਗਠਨ ਹੋਏਗਾ, ਕੇਸ ਰੀਓਪਨ ਹੋਣਗੇ ਔਰ ਜਿਹੜੇ ਮੁਲਜ਼ਮ ਨੇ, ਜਿਹੜੇ ਕਲਪਰੇਟ ਨੇ, ਉਹ ਇਸ ਮੁਤਲਕ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਨਵੀਨ ਜੀ, ਆਈ ਵੁੱਡ ਲਾਈਕ ਟੂ ਨੋ ਕਿ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਰੈਫਰੈਂਡਮ ਦੀ, ਅਗਰ ਅਸੀਂ ਡੈਫੀਨੇਸ਼ਨ ਜਾਣੀਏ, ਸੋ ਆਈ ਵੁੱਡ ਲਾਈਕ ਟੂ ਨੋ ਦੀ ਡੈਫੀਨੇਸ਼ਨ ਆਫ ਰੈਫਰੈਂਡਮ। ਰੈਫਰੈਂਡਮ ਇਜ਼ ਲਾਈਕ ਅ ਪੋਲੀਟੀਕਲ ਕੁਐਸਚਨ, ਆਸ ਕਿਸੇ ਲੋਕ ਪੁੱਛਿਆ ਜਾਂਦਾ, ਉਹਦੇ 'ਚ ਡਾਇਰੈਕਟ ਆਨਸਰ ਕਰਨਾ ਹੁੰਦਾ, ਯੈਸ ਔਰ ਨੋ, ਆਦਰ ਤੁਸੀਂ ਇਸ ਪਾਸੇ ਹੋ ਕਿ ਉਸ ਪਾਸੇ ਹੋ। ਇਹਨੂੰ ਕਈ ਕੰਟਰੀਆਂ 'ਚ ਪਲੈਬੀਸਾਈਟ ਕਹਿੰਦੇ ਆ, ਕਈ ਜਨਮਤ ਸੰਗ੍ਰਹਿ ਬੋਲਦੇ ਆ। ਇਹ ਉਹ ਚੀਜ਼ ਹੁੰਦੀ ਕਿ ਤੁਸੀਂ ਇੱਕ ਕੁਐਸਚਨ ਪੁੱਛਦੇ ਹੋ, ਉਹਦੇ 'ਚ ਉਹਦੇ ਤੁਸੀਂ ਇਸ ਪਾਸੇ ਖੜ੍ਹੇ ਹੋ ਕਿ ਇਸ ਪਾਸੇ ਖੜ੍ਹੇ ਹੋ, ਯੈਸ ਵਾਲੇ ਪਾਸੇ ਹੋ ਕਿ ਨੋ ਵਾਲੇ ਪਾਸੇ ਹੋ, ਦਿਸ ਇਜ਼ ਰੈਫਰੈਂਡਮ। ਮੈਂ ਹੁਣ ਜਿਸ ਤਰ੍ਹਾਂ ਗੱਲ ਕੀਤੀ ਕਿ ਰੈਫਰੈਂਡਮ 2020 ਦਾ ਜਿਸ ਤਰ੍ਹਾਂ ਦਾ ਔਰਗਨਾਈਜ਼ ਕੀਤਾ ਗਿਆ, ਜਿਹਨਾਂ ਨੇ ਔਰਗਨਾਈਜ਼ ਕੀਤਾ, ਇਹਦੇ ਵਿੱਚ ਜਿੱਥੋਂ ਤੱਕ ਮੈਨੂੰ ਇਹ ਸਮਝ ਆਉਂਦੀ ਕਿ ਪੂਰੀ ਸਿੱਖ ਬਰਾਦਰੀ ਨੂੰ, ਸਿੱਖ ਕਮਿਊਨਿਟੀ ਨੂੰ, ਸਿੱਖ ਭਾਈਚਾਰੇ ਨੂੰ ਇਨਵੋਲਵ ਨਹੀਂ ਕੀਤਾ ਗਿਆ। ਔਰ ਸਭ ਤੋਂ ਵੱਡੀ ਗੱਲ ਹੈ ਜੋ ਮੈਂ ਆਪਣੇ ਸਾਡੇ ਵਿਊਰਸ ਨਾਲ ਵੀ ਸਾਡੀ ਗੱਲ ਹੁੰਦੀ ਹੈ, ਅੱਧੀ ਤੋਂ ਜ਼ਿਆਦਾ ਦੁਨੀਆ ਨੂੰ ਸਮਝ ਹੀ ਨਹੀਂ ਆਇਆ ਸੀ ਵੀ ਕਰਨਾ ਕੀ ਹੈ, ਅਸੀਂ ਇਹਦੇ 'ਚ ਕਿੱਥੇ ਖੜ੍ਹੇ ਹੁੰਦੇ ਹਾਂ। ਅੱਧੇ ਲੋਕਾਂ ਨੂੰ ਪੰਜਾਬ 'ਚ ਬੈਠੇ ਨੂੰ, ਨਿਊਯਾਰਕ 'ਚ ਬੈਠੇ ਨੂੰ, ਕੈਨੇਡਾ 'ਚ ਬੈਠੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਅਸੀਂ ਕਿੱਥੇ ਖੜ੍ਹੇ ਹਾਂ। ਉਹ ਸਾਰੀ ਚੀਜ਼ ਇਹਨਾਂ ਨੂੰ ਤਕਨੀਕੀ ਰੂਪ ਦੇ ਨਾਲ, ਸਾਰੇ ਲੋਕਾਂ ਦੇ ਨਾਲ, ਸਾਰੇ ਸਿੱਖ ਭਾਈਚਾਰੇ ਦੇ ਨਾਲ ਸਾਂਝੀ ਕਰਨੀ ਚਾਹੀਦੀ ਸੀ, ਭਾਵੇਂ ਹੋਰ 2 ਮਹੀਨੇ ਲੇਟ ਕਰ ਲੈਂਦੇ, ਪਰ ਇੱਕ ਤਰੀਕੇ ਨਾਲ ਸਾਰਾ ਮੈਸੇਜ ਕਲੀਅਰ ਜਾਂਦਾ। ਉਸ ਤੋਂ ਬਾਅਦ ਕਿ ਜਿਸ ਤਰੀਕੇ ਨਾਲ ਅਚਾਨਕ ਇਹ ਕੀਤਾ ਗਿਆ, ਲੰਡਨ 'ਚ ਕੀਤਾ ਗਿਆ ਤਾਂ ਸਵਾਲ ਚੱਕੇ ਵੀ ਲੰਡਨ 'ਚ ਕਿਉਂ ਕਰ ਰਹੇ ਹੋ, ਫਿਰ ਫਲਾਣੀ ਗੱਲ ਵੀ ਤੁਸੀਂ ਇਸ ਟਾਈਮ ਕਿਉਂ ਕਰ ਰਹੇ ਹੋ, ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਵੀ ਜਿਹੜੇ ਆਪਣੇ ਸਿੰਪੇਥਾਈਜ਼ਰ ਨੇ, ਜਿਹੜੇ ਹੁਣ ਸਿਵਲ ਸਰਵਿਸ, ਮੈਂ ਇੱਕ ਗੱਲ ਹੋਰ ਵੀ ਵੇਖੀ ਹੈ ਕਿ ਜਿਹੜੇ ਪ੍ਰੋ ਖਾਲਿਸਤਾਨੀ ਨੇ, ਜਿਹੜੇ ਖਾਲਿਸਤਾਨ ਦੀ ਹਿਮਾਇਤ ਕਰਦੇ ਨੇ, ਉਹਨਾਂ ਦੇ ਵੀ ਰਿਐਕਸ਼ਨ ਸਾਹਮਣੇ ਇਹ ਆਏ ਹਨ ਕਿ ਸਾਨੂੰ ਪਤਾ ਹੀ ਨਹੀਂ ਹੈ ਕਿਵੇਂ ਹੋਏਗਾ, ਕਨਫਿਊਜ਼ਨ ਹੋ ਗਿਆ ਕਈ। ਜਿਸ ਤਰ੍ਹਾਂ ਸਿੰਪੇਥਾਈਜ਼ਰ ਦੀ ਗੱਲ ਕਰਦੇ, ਸਿਮਰਨਜੀਤ ਸਿੰਘ ਮਾਨ ਦਾ ਹੁਣ ਮੈਂ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਦਾ ਆਪਣਾ ਇੱਕ ਵਰਡ, ਉਹਨਾਂ ਨੇ ਸਾਫ਼ ਕਿਹਾ ਕਿ ਮੈਂ ਇਹਨਾਂ ਨੂੰ ਅਪਰੋਚ ਕੀਤਾ, ਇਹਨਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ, ਮੈਂ ਇਹਨਾਂ ਨੂੰ ਪੰਨੂ ਸਾਹਿਬ ਨੂੰ, ਬਾਕੀ ਸਭ ਨੂੰ ਕਿਹਾ ਵੀ ਤੁਸੀਂ ਇੰਡੀਆ ਆ ਜਾਓ, ਅਸੀਂ ਇੱਥੇ ਰਲ ਮਿਲ ਕੇ ਇਸ ਸਵਾਲ ਨੂੰ ਚੁੱਕਦੇ ਹਾਂ, ਇੱਥੇ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਆ, ਅਸੀਂ ਸਾਰੇ ਰਲ ਮਿਲ ਕੇ ਇਸ ਮੁੱਦੇ 'ਤੇ ਗੱਲ ਕਰਾਂਗੇ। ਉਹ ਫਿਰ ਕੀ ਹੋਇਆ ਕਿ ਜਦੋਂ ਅਲੱਗ ਅਲੱਗ ਦਿਸ਼ਾਵਾਂ 'ਚ ਚੀਜ਼ਾਂ ਚੱਲੀਆਂ ਜਾਂਦੀਆਂ, ਜਦੋਂ
ਸਾਰੇ ਤੇ ਉਹ ਫਿਰ ਕਨਫਿਊਜ਼ਨ ਹੋ ਜਾਂਦਾ ਪਹਿਲਾਂ ਵੀ ਇਹੀ ਚੱਕਰ ਹੋਇਆ ਤੇ ਹੁਣ ਵੀ ਇਹੀ ਹੈ ਹੁਣ ਕੀ ਹੋਇਆ ਕਿ ਸਾਰੇ ਇੱਕ ਨੇ ਆਪਣੀ ਆਪਣੀ ਲੜਾਈ ਬਣਾ ਲਈ ਹੈ ਇਟਸ ਨੋਟ ਏ ਜੁਆਇੰਟ ਐਕਸਰਸਾਈਜ਼ ਇਟਸ ਨੋਟ ਏ ਜੁਆਇੰਟ ਫਾਈਟ ਮੈਂ ਤਾਂ ਇਸ ਰਸਤੇ ਚੱਲਾਂਗਾ ਤੁਸੀਂ ਇਸ ਪਾਸੇ ਜਾਣ ਤੇ ਚੱਲ ਜਾਓ ਬਟ ਮੈਂ ਤਾਂ ਜਾ ਰਿਹਾ ਜਿੰਨੇ ਮੇਰੇ ਨਾਲ ਆਉਣਾ ਮੇਰੇ ਨਾਲ ਆ ਜਾਓ ਇਟ ਇਜ਼ ਲਾਈਕ ਦਿਸ ਇਹਨੂੰ ਸ਼ੁੱਧ ਦੇਸੀ ਪੰਜਾਬੀ ਭਾਸ਼ਾ 'ਚ ਮੈਂ ਜਿਹੜੇ ਹਿਮਾਇਤੀ ਤੁਸੀਂ 25 ਸਾਲਾਂ ਤੋਂ ਵੇਖਦੇ ਆ ਰਹੇ ਹੋ ਮੈਂ ਦੱਸਦਾ ਸਰ ਜਿਹੜਾ ਲੰਡਨ ਵਿੱਚ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਕਰਨ ਲੱਗੇ ਹਾਂ ਇਹ ਸਾਡਾ ਰੈਫਰੈਂਡਮ ਹੈ ਇਹ 2020 ਹੈ ਟ੍ਰਿਫਲਗਨ ਸਕੁਆਇਰ ਸਕੁਆਇਰ ਹੈ ਇਹ ਲੰਡਨ ਹੈ ਤੁਸੀਂ ਹੁਣ ਆਉਂਦੇ ਹੋ ਸਾਡੇ ਨਾਲ ਪਹੁੰਚਦੇ ਹੋ ਮੈਂ ਤੁਹਾਨੂੰ ਦੱਸਾਂ ਅਜੇ ਬਟ ਆਈ ਫੀਲ ਮੈਸੇਜ ਇਜ਼ ਨੋਟ ਕਲੀਅਰ ਪਰ ਜੋ ਓਵਰ ਹਾਈਪ ਕੀਤਾ ਗਿਆ ਸੀ ਜੋ ਐਕਸਪੈਕਟ ਕੀਤਾ ਗਿਆ ਸੀ ਜੋ ਅਨੁਮਾਨ ਲਗਾਏ ਜਾ ਰਹੇ ਸੀ ਉਸ ਹਿਸਾਬ ਨਾਲ ਕਰਾਊਡ ਉੱਥੇ ਨਹੀਂ ਪਹੁੰਚਿਆ ਔਰ ਉਸ ਹਿਸਾਬ ਦਾ ਇਹ ਮੀਡੀਆ ਰਿਪੋਰਟਸ ਦੇ ਵਿੱਚ ਸਭ ਜਗ੍ਹਾ ਆ ਰਿਹਾ ਹੁਣ ਗੱਲ ਕਰਦੇ ਹਾਂ ਆਪਾਂ ਰੈਫਰੈਂਡਮ ਤੋਂ ਬਾਅਦ 1984 ਜੈਨੋਸਾਈਡ ਦੀ 1984 ਦਾ ਮਾਮਲਾ ਜਿਹੜਾ ਹੈਗਾ ਜੋ ਕੇਸ ਹੈ ਜੋ ਉਸ ਤਰ੍ਹਾਂ ਦਾ ਇਹ ਸਿੱਖ ਭਾਈਚਾਰੇ ਦਾ ਇੱਕ ਇਮੋਸ਼ਨਲ ਇਸ਼ੂ ਹੈ ਸਾਡਾ ਸਿੱਖ ਭਾਈਚਾਰੇ ਦੀਆਂ ਸਿੱਖ ਪੂਰੀ ਡਾਇਸਪੋਰਾ ਦੀਆਂ ਸਿੱਖ ਕਮਿਊਨਿਟੀ ਦੀਆਂ ਇਮੋਸ਼ਨਸ ਜੁੜੇ ਹੋਏ ਨੇ ਲੋਕਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਖੋਇਆ ਐਸ ਪਰ ਸਿੱਖ ਹੁਣ 34 ਸਾਲ ਹੋ ਗਏ ਨੇ ਗੱਲ ਮੈਂ ਸ਼ਿਕਾਇਤ ਜਾਇਜ਼ ਹੈ ਮੈਂ ਮੰਨਦਾ 34 ਸਾਲ ਹੋ ਗਏ ਨੇ ਉਹ ਲੜਾਈ ਅਜੇ ਵੀ ਚੱਲਦੀ ਪਈ ਹੈ ਉਹ ਹੁਣ ਕੀ ਹੋਇਆ ਕਿ 1984 ਜੈਨੋਸਾਈਡ ਦਾ ਜਿਹੜਾ ਕੇਸ ਸੀ ਉਹ ਅੱਜ ਦੀ ਡੇਟ 'ਚ ਭਾਰਤੀ ਅਦਾਲਤਾਂ ਦੇ ਵਿੱਚ ਕਾਨੂੰਨੀ ਦਾਅ ਪੇਚ ਦੇ ਵਿੱਚ ਫਸਿਆ ਹੋਇਆ ਵੀ ਅੱਜ ਨਾਰਕੋ ਟੈਸਟ ਹੋਏਗਾ ਅੱਜ ਫਲਾਣੀ ਗਵਾਹੀ ਹੋਏਗੀ ਅੱਜ ਚਾਰਜਸ਼ੀਟ ਦਾਇਰ ਹੋਏਗੀ ਇਹ ਸਾਰਾ ਮਾਮਲਾ ਔਰ ਕੀ ਹੁੰਦਾ ਅੱਜ ਡੇਟ ਲੱਗੀ ਜੁਲਾਈ ਦੀ ਅਗਲੀ ਡੇਟ ਲੱਗਦੀ ਸਤੰਬਰ ਦੀ ਸਤੰਬਰ ਤੋਂ ਬਾਅਦ ਲੱਗਦੀ ਜਨਵਰੀ ਦੀ ਇੱਦਾਂ ਹੀ ਸਾਲ ਦਰ ਸਾਲ ਇਹ ਮਾਮਲਾ ਖਿੱਚਦਾ ਰਿਹਾ ਉਸ ਤੋਂ ਬਾਅਦ ਵੀ ਜਿਹੜੇ ਕਾਂਗਰਸ ਲੀਡਰਾਂ ਦੇ ਨਾਮ ਆਏ ਲੋਕ ਇਹ ਵੀ ਕਿਹਾ ਜੀ ਇਹਨਾਂ ਨੂੰ ਸਜ਼ਾ ਦਿਓ ਹੁਣ ਕਾਨੂੰਨ ਦੀ ਲੜਾਈ ਚੱਲ ਰਹੀ ਹੈ ਅਤੇ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਹੋਏਗਾ ਪਰ ਉਹ ਹੁਣ ਅੱਜ ਦੀ ਡੇਟ 'ਚ ਕਾਨੂੰਨ ਦੀਆਂ ਦਾਅ ਪੇਚ ਜਿਹੜੇ ਹੁੰਦੇ ਨੇ ਜਿਹੜੇ ਕਾਨੂੰਨ ਦੀਆਂ ਬਰੀਕੀਆਂ ਹੁੰਦੀਆਂ ਉਹਦੇ ਵਿੱਚ ਉਹ ਮਾਮਲਾ ਉਲਝਿਆ ਹੋਇਆ ਔਰ ਐਸ ਏ ਸੈਡ ਕਿ ਇਮੋਸ਼ਨਲ ਇਸ਼ੂ ਹੈ ਇਹ ਦਿਲ ਦੇ ਨਾਲ ਜੁੜਿਆ ਲੋਕਾਂ ਦੇ ਇਹ ਉਹ ਜਿਹੜੀ ਸ਼ਿਕਾਇਤ ਉਹ ਜਾਇਜ਼ ਹੈ ਪਰ ਉਹਦਾ ਰਸਤਾ ਇਹ ਨਹੀਂ ਹੈ ਜਿਸ ਤਰ੍ਹਾਂ ਇਹ ਕਰਦੇ ਉਹਦਾ ਰਸਤਾ ਹੈ ਕਿ ਕਾਨੂੰਨੀ ਰੂਪ ਨਾਲ ਲੜਾਈ ਲੜੀ ਜਾਏ ਉਸ ਦੇ ਗੌਰਮੈਂਟ ਨੂੰ ਅਪਰੋਚ ਕੀਤਾ ਜਾਏ ਵੀ ਤੁਸੀਂ ਇਹਦਾ ਫੈਸਲਾ ਜਲਦੀ ਤੋਂ ਜਲਦੀ ਇਹਦੇ ਫਾਸਟ ਟਰੈਕ ਕੋਰਟ 'ਚ ਕਰੋ ਇਹਦੀ ਸੁਣਵਾਈ ਡੇ ਬਾਈ ਡੇ ਕਰੋ ਔਰ ਫਟਾਫਟ ਫਤਾ ਕਰਕੇ ਜੋ ਫੈਸਲਾ ਕਰਨਾ ਇਹਨੂੰ ਪਾਸੇ ਲਾਓ ਖੇਸ ਨੂੰ ਮੇਰੇ ਨਾਲ ਕਾਲਰਸ ਕਾਫੀ ਸਾਰੇ ਜੁੜ ਰਹੇ ਨੇ ਉਹਨਾਂ ਦੇ ਵੀ ਅਸੀਂ ਪ੍ਰਤੀਕਰਮ ਜਾਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਭਾਜੀ ਮੈਂ ਤੁਹਾਨੂੰ ਇਹੀ ਦੱਸਣਾ ਸੀਗਾ ਵੀ ਰੈਫਰੈਂਡਮ ਤਾਂ ਬਾਅਦ ਦੀ ਗੱਲ ਆ ਤੇ ਜਿਹੜਾ ਪੰਨੂ ਕਰਾ ਰਿਹਾ ਉਹ ਜ਼ਰੂਰ ਕਰਾਵੇ ਜੇ ਲੋਕੀ ਚਾਹੁੰਦੇ ਨੇ ਕੋਈ ਗੱਲ ਨਹੀਂ ਉਸ ਤੋਂ ਪਹਿਲਾਂ ਸਰ ਤੁਸੀਂ ਦੇਖੋ ਕਿ ਰੈਫਰੈਂਡਮ ਤੋਂ ਪਹਿਲਾਂ ਜਿਹੜਾ ਆਪਣਾ ਅਲ ਗੋਰ ਨੇ ਵੀ ਇਸ ਨੂੰ ਮੰਨ ਲਿਆ ਸੀਗਾ ਤੇ ਵੀ ਖਾਲਿਸਤਾਨ ਵੀ ਇੱਕ ਇਹ ਵੀ ਇੱਕ ਨਗਰ ਦੁਨੀਆ ਦੇ ਨਕਸ਼ੇ ਵਿੱਚ ਹੈਗਾ ਬਾਅਦ ਚ ਚਲੋ ਉਹਨਾਂ ਨੇ ਕਹਿਤਾ ਕਲੈਰੀਕਲ ਮਿਸਟੇਕ ਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਆਪਣਾ ਕੀ ਕਹਿੰਦੇ ਆ ਵਾਜਪਾਈ ਸੀ ਇਰਾਨ ਆਇਆ ਉਹ ਉੱਥੇ ਗਿਆ ਉਹਨਾਂ ਪੱਤਰਕਾਰਾਂ ਨੇ ਪੁੱਛਿਆ ਵੀ ਤੂੰ ਕੰਡਾ ਇੱਥੇ ਆ ਗਿਆ ਤੇ ਤਾਂ ਇੱਥੇ ਪ੍ਰੈਜੀਡੈਂਟ ਨੇ ਸੱਦਿਆ ਨੀ ਉਹ ਨੋਨ ਅਫੀਸ਼ੀਅਲ ਕਹਿੰਦਾ ਮੈਂ ਉਹਨੂੰ ਮਿਲਦੀ ਆਇਆ ਵਾ ਤੇ ਭਾਜੀ ਕਦੀ ਪ੍ਰਾਈਮ ਮਿਨਿਸਟਰ ਜਾਂਦਾ ਨੀ ਉੱਥੇ ਵੀ ਇਰਾਨ ਨੇ ਵੀ ਉਸ ਵੇਲੇ ਇਹ ਰੈਕੋਗਨਾਈਜ਼ ਕਰ ਦੇਣਾ ਸੀ ਤੇ ਇਹ ਉਦੋਂ ਆ ਕੇ ਸਾਂਭ ਗਿਆ ਤੇ ਇਹ ਤਾਂ ਓਨ ਦੀ ਰਿਕਾਰਡ ਆ ਗਈ ਗੱਲ ਇਹਨੂੰ ਜਾਂ ਤਾਂ ਇਹ ਕੋਈ ਟੇਬਲ ਟਾਕ ਕਰਕੇ ਇਹਨਾਂ ਨੂੰ ਵੱਧ ਅਧਿਕਾਰ ਦੇ ਦੇਣ ਨਹੀਂ ਤੇ ਇਹ ਤਾਂ ਮੈਂ ਆਪਣੇ ਕਾਲਰਸ ਨੂੰ ਕਵਾਂਗਾ ਕਿ ਤੁਸੀਂ ਆਪਣੇ ਫੋਨ ਨੂੰ ਨਾ ਕੱਟਿਓ ਮੈਂ ਕਿਊ ਦੇ ਵਿੱਚ ਤੁਹਾਡੀ ਕਾਲਸ ਪਾਈਆਂ ਹੋਈਆਂ ਲੇਕਿਨ ਇਸ ਬ੍ਰੇਕ ਤੋਂ ਬਾਅਦ ਤੁਹਾਡੀ ਕਾਲਸ ਲਵਾਂਗਾ।